ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਹੋਰ ਨਵੀਂ ਗਤੀਵਿਧੀ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਤਿੰਨ ਦੀ ਪਹਿਚਾਣ ਇਸ ਵਿੱਚ ਬੱਚਾ ਤਿੰਨ ਦੀ ਪਹਿਚਾਣ ਕਰਨੀ ਸਿੱਖਦਾ ਹੈ ਚਲੋ ਹੁਣ ਆਪਾਂ ਵੇਖਦੇ ਹਾਂ ਕਿ ਇਹ ਗਤੀਵਿਧੀ ਅਸੀਂ ਬੱਚਿਆਂ ਨਾਲ ਕਿਵੇਂ ਕਰ ਸਕਦੇ ਹਾਂ ਹਰਸ਼ ਤੁਹਾਡੇ ਅੱਗੇ ਕਿੰਨੇ ਚਮਚ ਪਏ ਦੇ ਹੈ ਵੈਰੀ ਗੁੱਡ ਤੁਹਾਡੇ ਅੱਗੇ ਕਲਰ ਦੀ ਕਿੰਨੀਆਂ ਡੱਬੀਆਂ ਪਈ ਦੀਆਂ ਸ਼ਾਬਾਸ਼ ਹਰਸ਼ ਤ੍ਰਿਕੋਣ ਦੇ ਕਿੰਨੇ ਕੋਨੇ ਹੁੰਦੇ ਆ ਵੈਰੀ ਗੁੱਡ ਤ੍ਰਿਕੋਣ ਦੀ ਕਿੰਨੀਆਂ ਸਾਈਡਸ ਹੁੰਦੀਆਂ ਸ਼ਾਬਾਸ਼ ਹੁਣ ਆਪਾਂ ਵੇਖਦੇ ਹਾਂ ਕਿ ਤਿੰਨ ਕਿਵੇਂ ਦਾ ਹੁੰਦਾ ਹਰਸ਼ ਇਹ ਤਿੰਨ ਹੈ ਇਹ ਗਤੀਵਿਧੀ ਤੁਸੀਂ ਘਰ ਵਿੱਚ ਆਪਣੇ ਬੱਚਿਆਂ ਨਾਲ ਵੀ ਕਰਵਾ ਸਕਦੇ ਹੋ ਬੱਚੇ ਨੂੰ ਤਿੰਨ ਦੀ ਪੱਕੀ ਪਹਿਚਾਣ ਹੋਵੇ ਥੈਂਕ ਯੂ